ਜੋ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਇਸ ਨੂੰ ਸੁਣ ਕੇ ਤੁਹਾਡੇ ਵੀ ਰੂਪ 'ਤੇ ਖੜ੍ਹੇ ਹੋ ਜਾਣਗੇ। ਤੁਸੀਂ ਵੀ ਘਬਰਾਓਗੇ ਕਿ ਇਹ ਭਾਣਾ ਕਿਵੇਂ ਵਰਤ ਗਿਆ। ਮਾਂ ਅਤੇ ਪੁੱਤ ਨੂੰ ਦਿੱਲੀ ਤੋਂ ਵਾਪਸ ਮੁੜਨਾ ਪਿਆ ਹੈ, ਦਿੱਲੀ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਕਿਉਂ ਭੇਜਿਆ, ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਲਾਸਟ 'ਤੇ ਤੁਹਾਨੂੰ ਇਸ ਦਾ ਸਿੱਟਾ ਵੀ ਦੱਸਾਂਗੇ ਕਿ ਆਪਾਂ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਅਤੇ ਕਿਵੇਂ ਆਪਾਂ ਇਸ ਇਮੀਗ੍ਰੇਸ਼ਨ ਤੋਂ ਬਚ ਸਕਦੇ ਹਾਂ, ਇਹਨਾਂ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ ਇਸ ਵੱਡੀ ਸਾਰੀ ਠੱਗੀ ਤੋਂ। ਮਾਂ ਪੁੱਤ ਨੂੰ ਕੈਨੇਡਾ ਜਾ ਰਹੇ ਸੀ ਵਿਜ਼ਟਰ ਵੀਜ਼ੇ 'ਤੇ, ਉਹਨਾਂ ਦੀ ਲੜਕੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਟੋਰਾਂਟੋ, ਉਹਨਾਂ ਨੇ ਉਹਨਾਂ ਨੂੰ ਵਿਜ਼ਟਰ ਵੀਜ਼ਾ ਭੇਜਿਆ ਆਪਣੇ ਭਰਾ ਨੂੰ ਅਤੇ ਆਪਣੀ ਮਾਂ ਨੂੰ, ਅਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਅਸੈਪਟ ਵੀ ਹੋ ਗਿਆ ਦਿੱਲੀ ਦੇ ਉੱਤੋਂ। ਉਹਨਾਂ ਦਾ ਵੀਜ਼ਾ ਵੀ ਆ ਚੁੱਕਿਆ ਸੀ, ਉਹਨਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਾਈਆਂ। ਜਗਰਾਓਂ ਦੇ ਰਹਿਣ ਵਾਲੇ ਆ ਚਰਨਜੀਤ ਕੌਰ, ਜਗਰਾਓਂ ਜੋ ਕਿ ਇੱਕ ਲੁਧਿਆਣੇ ਦੇ ਨੀਅਰ ਪੈਂਦਾ ਹੈ, ਮੋਗੇ ਦੇ ਨੇੜੇ ਪੈਂਦਾ ਹੈ, ਉੱਥੋਂ ਦੀ ਚਰਨਜੀਤ ਕੌਰ ਨੇ ਟਿਕਟਾਂ ਬੁੱਕ ਕਰਵਾਈਆਂ ਸੀ ਦਿੱਲੀ ਤੋਂ ਇੱਕ ਅਨੂਪ ਨਾਮ ਦੇ ਬੰਦੇ ਤੋਂ। ਚਲੋ ਦਿੱਲੀ ਤੋਂ ਅਨੂਪ ਨਾਮ ਦੇ ਬੰਦੇ ਤੋਂ ਉਹਨਾਂ ਨੇ ਟਿਕਟਾਂ ਬੁੱਕ ਕਰਵਾਈਆਂ ਨੀਅਰ ਅਬਾਊਟ 2.5-3 ਲੱਖ ਰੁਪਏ ਦੇ ਵਿੱਚ। ਉਹ ਟਿਕਟਾਂ ਉਹਨਾਂ ਨੂੰ ਵਟਸਐਪ ਦੇ ਜ਼ਰੀਏ ਭੇਜ ਦਿੱਤੀਆਂ ਗਈਆਂ। ਉਹ ਉਹਨਾਂ ਦਾ ਇੱਕ ਜਾਣਕਾਰੀ ਸੀ ਸੋਸ਼ਲ, ਜਿਵੇਂ ਆਪਾਂ ਅੱਜ ਕੱਲ੍ਹ ਐਡਸ ਦੇਖਦੇ ਹਾਂ ਯੂਟਿਊਬ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਅਤੇ ਆਪਾਂ ਉਹਨਾਂ ਨੂੰ ਏਜੰਟਾਂ ਨੂੰ ਫੋਨ ਲਾ ਲੈਂਦੇ ਹਾਂ। ਮਤਲਬ ਕਿ ਉਹ ਇੱਕ ਟਰੱਸਟ ਬਣਾਇਆ, ਉਹਨੇ ਉਹਦੀਆਂ ਟਿਕਟਾਂ ਬੁੱਕ ਕੀਤੀਆਂ। ਪਰ ਜਦੋਂ ਮਾਂ ਪੁੱਤ ਚਰਨਜੀਤ ਕੌਰ ਦਿੱਲੀ ਏਅਰਪੋਰਟ 'ਤੇ ਟੋਰਾਂਟੋ ਵਾਲੀ ਲਾਈਨ ਦੇ ਵਿੱਚ ਵੜੇ, ਬੋਰਡਿੰਗ ਪਾਸ ਕਰਵਾਇਆ, ਤਾਂ ਉਹਨਾਂ ਦੀਆਂ ਟਿਕਟਾਂ ਫੇਕ ਸੀ। ਮਤਲਬ ਕਿ ਇੱਕ ਫੇਕ ਟਿਕਟਾਂ ਉਹਨਾਂ ਦੀਆਂ ਸੀ, ਜਿਨ੍ਹਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਉਸ ਦਿਨ ਦਿੱਲੀ ਤੋਂ ਕੈਨੇਡਾ ਨਹੀਂ ਜਾਣ ਦਿੱਤਾ ਗਿਆ। ਨੈਕਸਟ ਡੇ ਉਹ ਦਿੱਲੀ ਤੋਂ ਕੈਨੇਡਾ ਦੁਬਾਰਾ ਫਿਰ 3-3.5 ਲੱਖ ਰੁਪਏ ਦੀਆਂ ਟਿਕਟਾਂ ਬੁੱਕ ਕਰਵਾਈਆਂ, ਦੈਨ ਉਹ ਆਪਣਾ ਦਿੱਲੀ ਤੋਂ ਟੋਰਾਂਟੋ ਜਾ ਪਹੁੰਚੇ। ਪਰ ਉਸ ਦੇ ਜ਼ਰੀਏ ਪ੍ਰਸ਼ਾਸਨ ਦੇ ਉੱਤੇ ਉਹਨਾਂ ਨੇ ਪੁਲਿਸ ਕੰਪਲੇਂਟ ਕੀਤੀ ਹੈ। ਪੁਲਿਸ ਕੰਪਲੇਂਟ ਕਰਕੇ ਉਹਨਾਂ ਨੇ ਦਸਾਇਆ ਕਿ ਇਹ ਸਾਡੀਆਂ ਫੇਕ ਟਿਕਟਾਂ ਬੁੱਕ ਕੀਤੀਆਂ ਗਈਆਂ, ਅਸੀਂ ਇਹਨਾਂ ਨੂੰ ਪੈਸਾ ਵੀ ਪੇ ਕੀਤਾ, ਪਰ ਉਹ ਇੱਕ ਵੱਡੀ ਠੱਗੀ ਦੇ ਸ਼ਿਕਾਰ ਹੋ ਚੁੱਕੇ ਹੈ। ਇਸ ਲਈ ਤੁਹਾਡਾ ਕੋਈ ਵੀ ਜਾਣਕਾਰ ਕੈਨੇਡਾ ਜਾਂ ਕਿਤੇ ਹੋਰ ਜਾ ਰਿਹਾ ਹੈ ਤਾਂ ਟਿਕਟਾਂ ਹਮੇਸ਼ਾ ਆਪਣੇ ਨੀਅਰ ਤੋਂ ਬੁੱਕ ਕਰਾਓ। ਕਿਸੇ ਦੂਰ ਤੋਂ ਟਿਕਟਾਂ ਬੁੱਕ ਕਰਨ ਨਾਲ 2000 ਮਹਿੰਗੀ ਜ਼ਰੂਰ ਹੋ ਜੂਗੀ ਆਪਣੇ ਏਰੀਏ ਦੇ ਵਿੱਚ, ਪਰ ਆਪਣੇ ਜਾਣਕਾਰ ਤੋਂ, ਆਪਣੇ ਨੀਅਰ ਤੋਂ ਹੀ ਟਿਕਟਾਂ ਬੁੱਕ ਕਰਵਾਓ ਕੈਨੇਡਾ ਜਾਣ ਲਈ।